ਤਾਂ ਗੁਰਜੀਤ ਸਿੰਘ ਔਜਲਾ ਨੂੰ ਤੀਸਰੀ ਵਾਰ ਲੋਕਾਂ ਨੇ ਫਤਿਹ ਦਿੱਤਾ ਅੰਮ੍ਰਿਤਸਰ ਦੇ, ਸਰ ਕੀ ਕਹਿਣਾ? ਅਨ ਟੇਢਾ ਕਰੀ ਥੋੜ੍ਹਾ ਜਿਹਾ ਘੁਮਾ ਦੇ ਜੀ ਸਰ। ਤੀਜੀ ਵਾਰ ਬਹੁਤ ਮਾਣ ਬਖਸ਼ਿਆ ਲੋਕਾਂ ਨੇ ਔਰ ਮੈਂ ਲੋਕਾਂ ਦਾ ਧੰਨਵਾਦ ਕਰਦਾ ਕਿ ਲੋਕਾਂ ਨੇ ਇਸ ਵੱਡੀ ਲੜਾਈ ਦੇ ਵਿੱਚ ਫਿਰਕਾਪ੍ਰਸਤ ਤਾਕਤਾਂ ਨੂੰ ਤਿਲਾਂਜਲੀ ਦੇ ਕੇ ਸੈਕੂਲਰ ਥੋਟ ਨੂੰ ਉਭਾਰਿਆ ਔਰ ਵਿਕਾਸ ਦੇ ਕੰਮਾਂ ਨੂੰ ਤਰਜੀਹ ਦਿੱਤੀ। ਮੈਂ ਤਾਂ ਧੰਨਵਾਦ ਕਰਦਾ ਸਭਨਾਂ ਦਾ। ਹਾਂ ਬਿਲਕੁਲ ਬਿਲਕੁਲ, ਕਿਉਂਕਿ ਧਰਮ ਦੇ ਨਾਂ 'ਤੇ ਤਾਕਤਾਂ ਨੇ ਇੰਨਾ ਜ਼ਿਆਦਾ ਲੋਕਾਂ ਨੂੰ ਵਿਰਗਲਾਤਾ ਸੀ, ਲੋਕ ਉਸ ਪੱਖ ਨੂੰ ਕਈ ਵਾਰੀ ਤਰਜੀਹ ਦੇ ਦਿੰਦੇ ਆ, ਇਹ ਗੱਲ ਹੋਈ। ਅਦਰਵਾਈਜ਼ ਵਿਕਾਸ ਦੇ ਨਾਂ 'ਤੇ ਲੋਕ ਨਹੀਂ ਵੋਟ ਪਾਈ, ਬਹੁਤ ਬੁਰਾ ਹਾਲ ਸੀ ਲੋਕਾਂ ਦਾ ਮੁੱਦਿਆਂ ਦੇ ਆਧਾਰ 'ਤੇ। ਦੋਵੇਂ ਸਰਕਾਰਾਂ ਸਨ, ਇੱਕ ਸੈਂਟਰ ਗੌਰਮੈਂਟ ਸੀ, ਇੱਕ ਸਟੇਟ ਗੌਰਮੈਂਟ ਸੀ, ਦੋਵਾਂ ਦਾ ਬਹੁਤ ਦਬਾਅ ਸੀ ਔਰ ਦੋਵਾਂ ਨੇ ਬਹੁਤ ਦਬਾਅ ਦੇ ਨਾਲ ਰਾਜਨੀਤਿਕ ਜਿਹੜੀ ਇਲੈਕਸ਼ਨ ਲੜੀ ਹੈ, ਪਰ ਲੋਕਾਂ ਦਾ ਧੰਨਵਾਦ ਹੈ ਮੈਂ ਗੁਰੂ ਨਗਰੀ ਦੇ ਔਰ ਮੈਂ ਸਭਨਾਂ ਦਾ, ਜਿੰਨੀ ਵੀ 9 ਲੱਖ ਵੋਟਰਾਂ ਨੇ ਵੋਟ 'ਚ ਹਿੱਸਾ ਲਿਆ, ਅਸੀਂ ਸਭਨਾਂ ਦੇ ਕੰਮਾਂ ਦੇ ਜ਼ਿੰਮੇਵਾਰ ਹਾਂ, ਕੋਈ ਫਿਕਰ ਕਰਨ ਦੀ ਲੋੜ ਨਹੀਂ। ਭਾਵੇਂ ਕਿਸੇ ਪਾਰਟੀ ਨੂੰ ਪਾਇਆ, ਗੁਰਜੀਤ ਔਜਲਾ ਸਾਰਿਆਂ ਨੇ ਕੰਮ ਕਰ ਲਈ, ਹਰ ਵੇਲੇ ਹਾਜ਼ਰ ਹੈ। ਆਮ ਆਦਮੀ ਪਾਰਟੀ ਨੇ ਕਿਹਾ ਸੀ 13-0 ਮਿਸ਼ਨ 13-0 ਦਾ ਜਿੱਤ ਹਾਸਲ ਕਰਾਂਗੇ ਉਹਦੇ ਬਾਰੇ। ਬਿਲਕੁਲ 13 ਨਹੀਂ, ਮੈਂ ਤੁਹਾਨੂੰ ਕਿਹਾ 1-3 ਹੋਣੀ ਹੈ, ਉਹ 3 ਆ ਗਈਆਂ, ਮੈਂ 1-2-3 ਇਹਨਾਂ 'ਚੋਂ ਇੱਕ ਹੋਣੀ ਹੈ, ਇੱਕ ਫਿਗਰ ਆਊਗਾ। ਜੇ ਗੱਲ ਕਰੀਏ ਆਲ ਓਵਰ ਜਿਹੜੀ ਕਿ ਭਾਜਪਾ ਫਿਰ ਤੀਸਰੀ ਵਾਰੀ ਸਰਕਾਰ ਬਣਾਉਣ ਜਾ ਰਹੀ ਹੈ, ਇੰਡੀਆ ਅਲਾਈਅੰਸ ਬਣੂਗੀ, ਇੰਡੀਆ ਅਲਾਈਅੰਸ ਦੀ ਸਰਕਾਰ ਬਣੂਗੀ। ਪਰ ਜੋ ਸਰਵੇ ਆ ਰਹੇ, ਜੋ ਹੁਣ ਰੁਝਾਨ ਆ ਰਹੇ ਨੇ, ਉਸ ਦੇ ਤਹਿਤ ਤਾਂ ਬੀਜੇਪੀ ਸਰਕਾਰ ਬਣਾ ਰਹੀ ਹੈ ਫਿਰ? ਦੇਖੋ ਰੁਝਾਨ ਆਉਣੇ ਹੋਰ ਚੀਜ਼ ਹੈ, ਜਦੋਂ ਸਰਕਾਰ ਬਣੂਗੀ ਤਾਂ ਆਪਾਂ ਗੱਲ ਕਰਾਂ, ਇੰਡੀਆ ਅਲਾਈਅੰਸ ਸਰਕਾਰ ਬਣਾਈ। ਲੋਕਾਂ ਨੇ ਬਹੁਤ ਵੱਡਾ ਮੈਂਡੇਟ ਦਿੱਤਾ ਤੁਹਾਨੂੰ, ਫਿਰ ਤੀਸਰੀ ਵਾਰ ਜ਼ਿੰਮੇਵਾਰੀਆਂ ਵੱਧ ਗਈਆਂ ਨੇ, ਬਹੁਤ ਭਾਰੀਆਂ ਜ਼ਿੰਮੇਵਾਰੀਆਂ, ਡਰੱਗਸ ਲਾ ਐਂਡ ਆਰਡਰ ਜਿਹੜੀ ਲੋਕਲ ਗੌਰਮੈਂਟ ਨਹੀਂ ਬਣੀ ਹੈ, ਸਰਕਾਰ ਨੂੰ ਮਜ਼ਬੂਰ ਕਰਾਂਗੇ ਕਿ ਸਟੇਟ ਗੌਰਮੈਂਟ ਆਪਣੇ ਕੰਮਾਂ 'ਤੇ ਧਿਆਨ ਦੇਵੇ, ਬਾਕੀ ਅੰਮ੍ਰਿਤਸਰ ਦੇ ਨਾਲ ਜੁੜੇ ਮੁੱਦੇ ਜਿੰਨੇ ਆਪਾਂ, ਸਭ ਕੁਝ ਸਭ ਦੇ ਕੰਮ ਕਰਾਂਗੇ, ਸਭ ਦੇ ਕੰਮ। ਗੁਰਜੀਤ ਸਿੰਘ ਔਜਲਾ ਨੂੰ ਤੀਸਰੀ ਵਾਰ ਲੋਕਾਂ ਨੇ ਫਤਿਹ ਦਿੱਤਾ ਅੰਮ੍ਰਿਤਸਰ ਦੇ, ਸਰ ਕੀ ਕਹਿਣਾ? ਅਨ ਟੇਢਾ ਕਰੀ ਥੋੜ੍ਹਾ ਜਿਹਾ ਘੁਮਾ ਦੇ ਜੀ ਸਰ। ਤੀਜੀ ਵਾਰ ਬਹੁਤ ਮਾਣ ਬਖਸ਼ਿਆ ਲੋਕਾਂ ਨੇ ਔਰ ਮੈਂ ਲੋਕਾਂ ਦਾ ਧੰਨਵਾਦ ਕਰਦਾ ਕਿ ਲੋਕਾਂ ਨੇ ਇਸ ਵੱਡੀ ਲੜਾਈ ਦੇ ਵਿੱਚ ਫਿਰਕਾਪ੍ਰਸਤ ਤਾਕਤਾਂ ਨੂੰ ਤਿਲਾਂਜਲੀ ਦੇ ਕੇ ਸੈਕੂਲਰ ਥੋਟ ਨੂੰ ਉਭਾਰਿਆ ਔਰ ਵਿਕਾਸ ਦੇ ਕੰਮਾਂ ਨੂੰ ਤਰਜੀਹ ਦਿੱਤੀ। ਮੈਂ ਤਾਂ ਧੰਨਵਾਦ ਕਰਦਾ ਸਭਨਾਂ ਦਾ। ਕਲੋਜ਼ ਫਾਈਟ ਰਹੀ ਹੈ ਸਰ? ਹਾਂ ਬਿਲਕੁਲ ਬਿਲਕੁਲ, ਕਿਉਂਕਿ ਧਰਮ ਦੇ ਨਾਂ 'ਤੇ ਤਾਕਤਾਂ ਨੇ ਇੰਨਾ ਜ਼ਿਆਦਾ ਲੋਕਾਂ ਨੂੰ ਵਿਰਗਲਾਤਾ ਸੀ, ਲੋਕ ਉਸ ਪੱਖ ਨੂੰ ਕਈ ਵਾਰੀ ਤਰਜੀਹ ਦੇ ਦਿੰਦੇ ਆ, ਇਹ ਗੱਲ ਹੋਈ। ਅਦਰਵਾਈਜ਼ ਵਿਕਾਸ ਦੇ ਨਾਂ 'ਤੇ ਲੋਕ ਨਹੀਂ ਵੋਟ ਪਾਈ, ਬਹੁਤ ਬੁਰਾ ਹਾਲ ਸੀ ਲੋਕਾਂ ਦਾ ਮੁੱਦਿਆਂ ਦੇ ਆਧਾਰ 'ਤੇ। ਦੋਵੇਂ ਸਰਕਾਰਾਂ ਸਨ, ਇੱਕ ਸੈਂਟਰ ਗੌਰਮੈਂਟ ਸੀ, ਇੱਕ ਸਟੇਟ ਗੌਰਮੈਂਟ ਸੀ, ਦੋਵਾਂ ਦਾ ਬਹੁਤ ਦਬਾਅ ਸੀ ਔਰ ਦੋਵਾਂ ਨੇ ਬਹੁਤ ਦਬਾਅ ਦੇ ਨਾਲ ਰਾਜਨੀਤਿਕ ਜਿਹੜੀ ਇਲੈਕਸ਼ਨ ਲੜੀ ਹੈ, ਪਰ ਲੋਕਾਂ ਦਾ ਧੰਨਵਾਦ ਹੈ ਮੈਂ ਗੁਰੂ ਨਗਰੀ ਦੇ ਔਰ ਮੈਂ ਸਭਨਾਂ ਦਾ, ਜਿੰਨੀ ਵੀ 9 ਲੱਖ ਵੋਟਰਾਂ ਨੇ ਵੋਟ 'ਚ ਹਿੱਸਾ ਲਿਆ, ਅਸੀਂ ਸਭਨਾਂ ਦੇ ਕੰਮਾਂ ਦੇ ਜ਼ਿੰਮੇਵਾਰ ਹਾਂ, ਕੋਈ ਫਿਕਰ ਕਰਨ ਦੀ ਲੋੜ ਨਹੀਂ। ਭਾਵੇਂ ਕਿਸੇ ਪਾਰਟੀ ਨੂੰ ਪਾਇਆ, ਗੁਰਜੀਤ ਔਜਲਾ ਸਾਰਿਆਂ ਨੇ ਕੰਮ ਕਰ ਲਈ, ਹਰ ਵੇਲੇ ਹਾਜ਼ਰ ਹੈ। ਆਮ ਆਦਮੀ ਪਾਰਟੀ ਨੇ ਕਿਹਾ ਸੀ 13-0 ਮਿਸ਼ਨ 13-0 ਦਾ ਜਿੱਤ ਹਾਸਲ ਕਰਾਂਗੇ ਉਹਦੇ ਬਾਰੇ। ਬਿਲਕੁਲ 13 ਨਹੀਂ, ਮੈਂ ਤੁਹਾਨੂੰ ਕਿਹਾ 1-3 ਹੋਣੀ ਹੈ, ਉਹ 3 ਆ ਗਈਆਂ, ਮੈਂ 1-2-3 ਇਹਨਾਂ 'ਚੋਂ ਇੱਕ ਹੋਣੀ ਹੈ, ਇੱਕ ਫਿਗਰ ਆਊਗਾ। ਜੇ ਗੱਲ ਕਰੀਏ ਆਲ ਓਵਰ ਜਿਹੜੀ ਕਿ ਭਾਜਪਾ ਫਿਰ ਤੀਸਰੀ ਵਾਰੀ ਸਰਕਾਰ ਬਣਾਉਣ ਜਾ ਰਹੀ ਹੈ, ਇੰਡੀਆ ਅਲਾਈਅੰਸ ਬਣੂਗੀ, ਇੰਡੀਆ ਅਲਾਈਅੰਸ ਦੀ ਸਰਕਾਰ ਬਣੂਗੀ। ਪਰ ਜੋ ਸਰਵੇ ਆ ਰਹੇ, ਜੋ ਹੁਣ ਰੁਝਾਨ ਆ ਰਹੇ ਨੇ, ਉਸ ਦੇ ਤਹਿਤ ਤਾਂ ਬੀਜੇਪੀ ਸਰਕਾਰ ਬਣਾ ਰਹੀ ਹੈ ਫਿਰ? ਦੇਖੋ ਰੁਝਾਨ ਆਉਣੇ ਹੋਰ ਚੀਜ਼ ਹੈ, ਜਦੋਂ ਸਰਕਾਰ ਬਣੂਗੀ ਤਾਂ ਆਪਾਂ ਗੱਲ ਕਰਾਂ, ਇੰਡੀਆ ਅਲਾਈਅੰਸ ਸਰਕਾਰ ਬਣਾਈ। ਲੋਕਾਂ ਨੇ ਬਹੁਤ ਵੱਡਾ ਮੈਂਡੇਟ ਦਿੱਤਾ ਤੁਹਾਨੂੰ, ਫਿਰ ਤੀਸਰੀ ਵਾਰ ਜ਼ਿੰਮੇਵਾਰੀਆਂ ਵੱਧ ਗਈਆਂ ਨੇ, ਬਹੁਤ ਭਾਰੀਆਂ ਜ਼ਿੰਮੇਵਾਰੀਆਂ, ਭਾਰੀਆਂ ਜ਼ਿੰਮੇਵਾਰੀਆਂ ਨੇ, ਜ਼ਿੰਮੇਵਾਰੀਆਂ ਨਿਭਾਵਾਂਗੇ, ਸਾਰੀ ਜ਼ਿੰਮੇਵਾਰੀਆਂ ਨਿਭਾਵਾਂਗੇ। ਪ੍ਰਾਉਡੀ ਰਹਿਣੀ ਹੈ ਸਰ ਅੰਮ੍ਰਿਤਸਰ ਵਾਸਤੇ, ਪ੍ਰਾਉਡੀ ਸਾਰੀ ਸਭ ਤੋਂ ਵੱਡੀ ਪ੍ਰਾਉਡੀ ਰਹੇਗੀ, ਸਭ ਤੋਂ ਵੱਡੀ ਪ੍ਰਾਉਡੀ ਰਹੇਗੀ, ਡਰੱਗਸ ਲਾ ਐਂਡ ਆਰਡਰ ਜਿਹੜੀ ਲੋਕਲ ਗੌਰਮੈਂਟ ਨਹੀਂ ਬਣੀ ਹੈ, ਇਹਦੇ ਸਰਕਾਰ ਨੂੰ ਮਜ਼ਬੂਰ ਕਰਾਂਗੇ ਕਿ ਸਟੇਟ ਗੌਰਮੈਂਟ ਆਪਣੇ ਕੰਮਾਂ 'ਤੇ ਧਿਆਨ ਦੇਵੇ, ਬਾਕੀ ਅੰਮ੍ਰਿਤਸਰ ਦੇ ਨਾਲ ਜੁੜੇ ਮੁੱਦੇ ਜਿੰਨੇ ਆਪਾਂ, ਨਸ਼ਾ ਹੈ, ਬੇਰੋਜ਼ਗਾਰੀ ਹੈ, ਸਭ ਕੁਝ ਸਭ ਦੇ ਕੰਮ ਕਰਾਂਗੇ, ਸਭ ਦੇ ਕੰਮ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ
WhatsApp चैनल पर।